ਅਸਲਾਮ ਅਲੈਕਮ ਜੀ ਸਾਰੇ ਵੀਰਾਂ ਭਰਾਵਾਂ ਦਾ ਕੀ ਹਾਲ ਚਾਲ ਆ। ਉਮੀਦ ਕਰਦਾ ਸਾਰੇ ਠੀਕ ਠਾਕ ਹੋਣਗੇ। ਅੱਜ ਮੈਂ ਸਮਾਨ ਲੱਦਣ ਗਿਆ ਵਾਂ ਮਦਰੇ ਦੇ ਵਿੱਚੋਂ। ਮਦਰੇ ਦਾ ਰਾਹ ਬੜਾ ਕੱਚਾ ਸੀਗਾ, ਕੱਚਾ ਤਾਂ ਤੁਸੀਂ ਦੇਖ ਸਕਦੇ ਆ। ਗੱਡੀ ਐਨ ਨੂੰ ਸੱਜੇ ਖੱਬੇ ਸੱਜੇ ਖੱਬੇ, ਅਤੇ ਅੱਗੋਂ ਵਾਦੀ ਆ, ਵਾਦੀ ਵੀ ਆ। ਪੱਤਰ ਪੁੱਤਰ ਰੱਖ ਕੇ ਉਹਨੇ ਰਾਹ ਬਣਾਇਆ ਇੱਥੋਂ, ਅਤੇ ਆ ਕੁਬਰੀ ਆ, ਕੁਬਰੀ ਥੱਲੋਂ ਦੀ ਰਾਹ ਵਾ, ਅਤੇ ਕੱਚਾ ਰਾਹ ਵਾ ਸਾਰਾ ਹੀ, ਉਹ ਅੱਗੇ ਤੱਕ ਜਾਂਦਾ। ਅਤੇ ਮਦਰੇ 'ਚ ਬੜੇ ਹਾਂ, ਆ ਦੇਖੋ ਸਾਰਾ ਕੱਚਾ ਰਾਹ ਵਾ, ਅਤੇ ਅੱਗੇ ਬੰਗਾਲੀ ਇੰਤਜ਼ਾਰ ਕਰਨ ਡਏ ਆ। ਅੱਗੇ ਜਦੋਂ ਮੈਂ ਮਦਰੇ 'ਚ ਬਣਿਆ ਤਾਂ ਮੈਂ ਗੰਨੇ ਦੇਖੇ ਆ, ਗੰਨੇ ਦੇਖ ਕੇ ਤਾਂ ਮੈਂ ਕਿਹਾ ਲੈ ਵੀ ਵੀਡੀਓ ਬਣਾਉਣੀ ਚਾਹੀਦੀ ਆ। ਫਿਰ ਤੱਲਾ ਮਾਰਿਆ ਬੰਗਾਲੀ ਦਾ, ਮੈਂ ਕਿਹਾ ਯਾਰ ਕੋਈ ਇੱਕ ਗੰਨਾ ਹੀ ਭੰਨ ਕੇ ਦਿਓ। ਬੰਗਾਲੀ ਕਹਿੰਦਾ ਭਾਈ ਲੈ ਲਓ। ਮੈਂ ਯਾਰ ਕੋਈ ਲੈਣਾ ਨਾ ਪਵੇ, ਅਤੇ ਬੰਗਾਲੀ ਦਾ ਤੱਲਾ ਤੁੱਲਾ ਮਾਰਿਆ, ਅਤੇ ਠੀਕ ਆ ਕਹਿੰਦਾ, ਅਤੇ ਆ ਡਹਿ ਪਿਆ ਭੰਨਣ। ਅਤੇ ਮੈਂ ਤਾਂ ਉਹਦਾ ਥੋੜ੍ਹਾ ਲੱਗਾ ਸੀ ਦੇਸੀ ਮਾਹੌਲ ਨਾਲ, ਕਹਿੰਦਾ ਨਹੀਂ ਯਾਰ ਇੱਦਾਂ ਨਾ, ਥੋੜ੍ਹੀ ਤੇਰੀ ਮਿਹਰਬਾਨੀ ਆ, ਰੱਸੀ ਬੰਨੀ ਆ ਤਾਂ ਮੁੜ ਕੇ ਸਾਰੇ ਖਰਾਬ ਹੋ ਜਾਣੇ ਆ, ਤੈਨੂੰ ਮੈਂ ਕੱਟ ਕੇ ਦਿੰਦਾ ਵਾ। ਦਾਤੀ ਨਾਲ ਲੱਗਾ ਅਧੂ ਅਧੂ, ਨਹੀਂ ਬਸ ਚੱਲਣ ਡਿਆ, ਵੱਢ ਕੇ ਦਿੱਤਾ। ਫਿਰ ਮੈਂ ਕਿਹਾ ਫਿਰ ਚੂਪ ਲਈਏ ਇਹਨੂੰ,